ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਵਧੀਆ ਹੋਵੋਗੇ ਕੈਂਟ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਨਹੀਂ ਜਾਂਦੀ એનર્ਜੀ ਨਾਲ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਵਧੀਆ ਹੋਵੋਗੇ ਕੈਂਟ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਮਿੱਤਰੋ ਸਾਥੀਓ ਤੁਹਾਨੂੰ ਪਤਾ ਲੱਗਿਆ ਅਸੀਂ 9 ਸੈਕਟਰ ਵਿੱਚ ਆ ਗਏ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਕਦੋਂ ਆ ਗਏ ਇਹ ਸਾਨੂੰ ਨਹੀਂ ਪਤਾ ਲੱਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸੋ ਫਿਨਾਲ ਅਸੀਂ 9 ਸੈਕਟਰ ਤੋਂ ਬਾਹਰ ਖੜੇ ਹਾਂ ਕਿਉਂਕਿ ਜਾਨਜੀ ਨੇ ਮੈਨੂੰ ਡ੍ਰੌਪ ਕਰਨਾ ਸੈਕਟਰ 9 ਸੀ ਮੈਂ ਅੱਜ ਜਾਣਾ ਯੈਸ ਬੈਂਕ ਇੱਕ ਮੀਟਿੰਗ ਕਰਕੇ ਫਿਰ ਮੈਂ ਜਾਨਜੀ ਨੂੰ ਕਿਹਾ ਤੁਸੀਂ ਵੀ ਬੰਕ ਮਾਰ ਲਿਓ ਜਦੋਂ ਮੈਂ ਇੱਥੋਂ ਫ੍ਰੀ ਹੋ ਜੂਗੀ ਤੁਸੀਂ ਆ ਜਿਓ ਤਾਂ ਮੈਨੂੰ ਕਿਹਾ ਵੀ ਨਹੀਂ ਤੇ ਜਾਨਜੀ ਨੇ ਬੜੇ ਪਿਆਰ ਨਾਲ ਮੈਨੂੰ ਮਨਾ ਕਰ ਯਾਰ ਬੰਕ ਕਿਉਂ ਮਾਰਨਾ ਯਾਰ ਮੈਨੂੰ ਇਸ ਕਰ ਕੇ ਇਹ ਆਪਾਂ ਕੀ ਸਿਖਾਵਾਂਗੇ ਬੱਚਿਆਂ ਨੂੰ ਕੀ ਬੰਕ ਮਾਰਨਾ ਨਹੀਂ ਫੇਰ ਸੁਣੋ ਉਹ ਜਿਹੜਾ ਪਾਜਾ ਕਹਿ ਰਹੇ ਸੀਗੇ ਹਾਂ ਉਹ ਦੇਖੋ ਆ ਜਾ ਕੈਫੇ ਕਿੱਥੇ ਇੱਥੇ ਨਹੀਂ ਰਿਹਾ ਹੋ ਰਿਹਾ ਆ ਜਾ थैंक यू ब्रो मीट योर कमिटमेंट्स या ये सारे बच्चे आज ही हां आज ही लग जाएंगे सारे बच्चे पक्का माय गॉड माय गॉड माय गॉड सस्रिका हां अखा चढ़ाई है देख के मैं अखा चढ़ाई है भाई ले ली दवाई मैं यो अचानक से ये पंजाब जाते ਅਰੇ ਤੋਂ ਜਨ ਫੇ ਲੇਟ ਆਏ ਤੁਹਾਨੂੰ ਸਵੇਰੇ ਆਪਾਂ ਗਿਆ ਸੀਗਾ ਤੇ ਅਚਾਨਕ ਫਿਰ ਆਪਾਂ ਜਦੋਂ ਇੱਥੇ ਬੈਠੇ ਸੀ ਸੋਚਿਆ ਕਿ ਕਾਫੀ ਪੀਏ ਤੇ ਮੰਮਾ ਦਾ ਫੋਨ ਆ ਗਿਆ ਤੇ ਸਾਡੀ ਸਾਰਿਆਂ ਦੀ ਗੈਟ ਟੂਗੇਦਰ ਹੋ ਗਈ ਅੱਜ ਸੋ ਅਸੀਂ ਫਿਨਾਲ ਕਾਫੀ ਪੀ ਰਹੇ ਆ ਆਪਣਾ ਵੀਕਐਂਡ ਇੰਜੋਏ ਕਰ ਰਹੇ ਆ ਵੈਸੇ ਜੇ ਆਪਾਂ ਸੋਚ ਕੇ ਕਰਦੇ ਤਾਂ ਇਹ ਤਾਂ ਨਹੀਂ ਕਦੀ ਹੁੰਦਾ ਹਾਂ ਸਹੀ ਗੱਲ ਆ ਬਿਨਾਂ ਸੋਚੇ ਸਮਝੇ ਨਾ ਆਉਂਦੀ ਔਰ ਸਾਡੀ ਮੰਮੀ ਨੇ ਪੂਰੀ ਡੈਡੀਕੇਸ਼ਨ ਨਾਲ ਇੰਨੀ ਜ਼ਿਆਦਾ ਵਧੀਆ ਰਿਕਵਰੀ ਕੀਤੀ ਹੈ ਕਿ ਹਾਈ ਫਾਈਵ ਮੰਮੀ ਯੈਸ ਯੈਸ ਤੁਸੀਂ ਉਹਦੀ ਅੱਖਾਂ ਦੇਖ ਸਕਦੇ ਹੋ ਅੱਖਾਂ ਦਿਖਾ ਬਈ ਆ ਬੰਦਾ ਸਾਡਾ ਠੀਕ ਹੈ ਯੈਸ ਮਮਾ ਪਰੇ ਨੇ ਮੇਰੀ 1 ਘੰਟਾ ਵੇਟ ਕਰਾਈ ਅੱਜ ਕੋਈ ਨਾ ਦੇਖ ਲੋ ਬਾਸ ਚਲੋ ਨੇ ਵੀ ਬੜ ਲਿਆ ਕੰਮ ਹੈ ਵੀ ਫਾਇਦਾ ਯਾਰ ਕਰਦੇ ਨੂੰ ਕਹਿਣ ਦਾ ਇਹ ਆਲਵੇਸ ਸਪੋਰਟ ਉਹ ਦੇਖੋ ਸਾਨੂੰ ਤੁਹਾਡੀ ਵੀ ਤਰ੍ਹਾਂ ਮੂੰਹ ਦੇਖ ਕੇ ਲਿਆਉਂਦਾ ਨਾ ਲੋਕ ਤੇ ਹੈ ਨਾ ਦੇਖ ਲੈ ਮੁੰਡਾ ਬਿਮਾਰ ਆ ਥੋੜਾ ਜਿਹਾ काली मिर्च शुरू हुई है ਤਾਈ ਨਾਲ ਨਾਲ ਲਈਆਂ ਉਹਦਾ ਮਤਲਬ ਹੀ ਹੈ ਨਾਲ ਚੱਲੀ ਔਰ ਤੁਸੀਂ ਤਾਂ ਲਿੱਤੀ ਵੀ ਇੱਦਾਂ ਬੇਸਿਕਲੀ ਰਾਜੀ ਦੇਖੋ ਲਿੱਤੀਆਂ ਨੇ ਬੇਸਿਕਲੀ ਗੱਲ ਪਤਾ ਕੀ ਹੈ ਜੀ ਮਨਜੀਤ ਕੌਰ ਜੀ ਨੇ ਸਵੇਰੇ ਸਵੇਰੇ ਨਿਰਨੇ ਕਾਲਜੇ ਕਾਲੀ ਮਿਰਚ ਖਾਣਾ ਸ਼ੁਰੂ ਕਰਤਾ ਦੋ ਤੇ ਮੰਮੀ ਨੇ ਕਹਿਣ ਤੇ ਸ਼ੁਰੂ ਕਰਤਾ ਹੁਣ ਮੰਮੀ ਕਹਿੰਦੀ ਵੀ ਤੂੰ ਵੀ ਖਾ ਨਾਲ ਯੈਸ ਤੇ ਹੁਣ ਮਨਜੀਤ ਕੌਰ ਆ ਦੋਨੇ ਜਣੇ ਖੜ ਕੇ ਇਸੇ ਗੱਲ ਤੇ ਮੈਨੂੰ ਬਸ ਮਨਾ ਰਹੇ ਨੇ ਕਿ ਮੈਂ ਵੀ ਖਾਵਾਂ ਮਨਾ ਨਹੀਂ ਰਹੇ ਉਹਦਾ ਮੂੰਹ ਮੰਮੀ ਪਤਾ ਕਿੰਨਾ ਕੌੜਾ ਹੋਇਆ ਸੀ ਸਵੇਰੇ ਯਾਰ ਕੋਈ ਨਾ ਆਦਾ ਵੀ ਨਹੀਂ ਲਗਾਣੀ ਉਹ ਤਾਂ फील बहुत अच्छा आ रहा ਹੁਣ ਵਾਪਸ ਚੱਲੇ ਪਾ ਚੁੱਕੇ ਹਾਂ ਜੀ ਘਰ ਨੂੰ ਮੰਮਾ ਨਹੀਂ ਚਲੇ ਗਏ ਨੇ ਮਾਸੀ ਵੱਲ ਕਿਉਂਕਿ ਮਾਸੀ ਦੀ ਤਬੀਅਤ ਥੋੜੀ ਢਿੱਲੀ ਸੀ ਤਾਂ ਅੱਜ ਉਹ ਇੱਥੇ ਰਹਿਣਗੇ ਮਾਸੀ ਕੋਲ ਤੇ ਕੱਲ ਫਿਰ ਸ਼ਾਮੀ ਆਪਾਂ ਕੱਲ ਸ਼ਾਮੀ ਜਾਵਾਂਗੇ ਨਾ ਵਾਪਸ ਕੱਲ ਸ਼ਾਮੀ ਆਪਾਂ ਵਾਪਸ ਜਾਵਾਂਗੇ ਕਿਉਂਕਿ ਕੱਲ ਜਾਂਜੀ ਦਾ ਵਰਕਿੰਗ ਹੈ ਅੱਗੇ ਨਾ ਐਵੇਂ ਜਾਂਜੀ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਬੈਂਕਿੰਗ ਇੰਡਸਟਰੀ 'ਚ ਹਾਂ ਮੇਰਾ ਤਾਂ ਸੈਕਿੰਡ ਸੈਟਰਡੇ ਫੋਰਥ ਸੈਟਰਡੇ ਆਫ ਹੈ ਮੇਰਾ ਹੋਣਾ ਸ਼ੁਰੂ ਹੋ ਗਿਆ ਜਾਂਜੀ ਦਾ ਲੱਗਣਾ ਸ਼ੁਰੂ ਹੋ ਗਿਆ ਬਟ ਮੇਰਾ ਵੀ ਐਗਜੈਕਟਲੀ ਨਹੀਂ ਹੋਇਆ ਮੇਰਾ ਕੱਲ 4-5 ਸੈਸ਼ਨ ਹੈ ਮੇਰਾ ਵੀ ਹੈ ਜਦ ਤੱਕ ਜਾਨ ਜੀ ਵਾਪਸ ਆਂਦੇ ਨੇ ਫਿਰ ਮੇਰਾ ਸੈਸ਼ਨ ਹੈ 4-5 ਵਾਲਾ ਕੰਮ ਆ ਨਾ ਅਸੀਂ 5 ਵਜੇ ਹੋ ਜੰਨੇ ਆ ਮਨੀਤ ਕੌਰ ਜੀ ਤੁਸੀਂ ਨਾ ਇਸ ਚੀਜ਼ ਦੀ ਰਿਕੁਐਸਟ ਕਰਿਓ ਆਪਣੇ ਆਫਿਸ ਵਿੱਚ ਕਿ ਉਹ ਸਵੇਰੇ 10-11 ਵਜੇ ਹੋ ਜਵੇ ਤਾਂ ਕਿ ਤੇਰੇ ਮਾਈਂਡ ਵਿੱਚ ਉਸ ਤੋਂ ਬਾਅਦ ਹੌਲੀਡੇ ਸ਼ੁਰੂ ਹੋ ਜਵੇ ਹੈਨਾ ਸੈਟਰਡੇ ਸੰਡੇ ਐਂਡ ਤੱਕ ਅਦਰਵਾਈਜ਼ ਹੁਣ 4-5 ਤੱਕ ਤੇਰਾ ਦਿਮਾਗ ਇਨਵੋਲਵ ਰਹੇਗਾ
ਫਿਰ ਤੇਰੀ ਜਿਹੜੀ ਛੁੱਟੀ ਸ਼ੁਰੂ ਹੁੰਦੀ ਉਹ 6 ਵਜੇ ਤੋਂ ਬਾਅਦ ਛੁੱਟੀ ਹੁੰਦੀ ਆ ਫਿਰ ਉਹਦੇ ਲੱਗਦਾ ਕਿ ਸੰਡੇ ਹੈ ਕਿਉਂਕਿ ਆਫਿਸ ਵੀ 6 ਵਜੇ ਤੱਕ ਹੀ ਹੁੰਦਾ ਸਹੀ ਬਾਤ ਹੈ ਪੁਆਇੰਟ ਟੂ ਬੀ ਨੋਟਡ ਨਾ ਜੀ ਅੱਛੀ ਰეკਮੈਂਡੇਸ਼ਨ ਹੈ ਨਹੀਂ ਮੈਂ ਕਹਿੰਦਾ ਕਿ ਤੁਸੀਂ ਜੋ ਅਫੀਸ਼ੀਅਲੀ ਮੇਲ ਪਾਓ ਸਾਰਿਆਂ ਨੂੰ ਸੀਸੀ ਰੱਖਿਓ ਮੈਨੂੰ ਤਾਂ ਕਿ ਮੈਂ ਵੀ ਵਿੱਚ ਇਨਵੋਲਵ ਹੋ ਸਕਾਂ ਸਹੀ ਗੱਲ ਹੈ ਬਈ ਇੰਨਾ ਜ਼ਿਆਦਾ ਮੇਲੋ ਮੇਲੀ ਵਾਲਾ ਕੰਮ ਹੁੰਦਾ ਨਾ ਸਾਡਾ ਤਾਂ ਮਤਲਬ ਮਾੜੀ ਮਾੜੀ ਚੀਜ਼ ਹੁੰਦੀ ਆ ਆ ਚੀਜ਼ ਕੋਈ ਹੈ ਕਿ ਮੇਲ ਕਰ ਦੋ ਮੇਲ ਕਰ ਦੋ ਮੇਲ 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 ਹੁਣ ਵੀ ਅੱਜ ਅਸੀਂ ਘਰ ਜਾ ਰਹੇ ਹਾਂ ਦਿਮਾਗ ਤੇ ਬੋਝ ਨਹੀਂ ਹੈ ਭਾਵੇਂ ਕੱਲ ਉੱਠਣਾ ਹੈ ਕੱਲ ਕੰਮ ਕਰਨਾ ਪਰ ਬੋਝ ਨਹੀਂ ਹੈ ਯਾ ਐਗਜ਼ੈਕਟਲੀ ਕਿਉਂਕਿ ਆਪ ਐਨ ਨੰਬਰ ਆਫ ਚੀਜ਼ਾਂ ਹੁੰਦੀਆਂ ਨੇ ਪੂਰੇ ਦਿਨ ਦੇ ਵਿੱਚ ਹੁਣ ਸਾਨੂੰ ਇਹ ਹੋ ਰਿਹਾ ਸੀ ਘਰ ਜਾ ਕੇ ਕਿਹੜੀ ਸੀਰੀਜ਼ ਦੇਖੀਏ ਕਿਹੜੀ ਮੂਵੀ ਦੇਖੀਏ ਹੈਨਾ ਤੇ ਇੱਕ ਚੀਜ਼ ਦਾ ਬੜਾ ਨੈਗਲੈਕਸ਼ਨ ਵੀ ਹੋ ਰਿਹਾ ਹੈ ਕਿ ਇੱਕ ਵਾਰ ਭੰਗੜੇ ਦੀ ਕਲਾਸ ਤੋਂ ਬਾਅਦ ਅਸੀਂ ਬੈਕ ਟੂ ਬੈਕ 2 ਦਿਨ ਜਾ ਨਹੀਂ ਪਏ ਤੇ ਅੱਜ ਜਾਣ ਲੱਗੇ ਸੀ ਅੱਜ ਲੇਕਿਨ ਅੱਜ ਮਨੀਤ ਕੌਰ ਜੀ ਨੇ ਕਹਿੰਦੇ ਕਿ ਵੀ ਨਹੀਂ ਆਪਾਂ ਮੰਡੇ ਐਕਚੁਅਲੀ ਨਾ 7 ਤੋਂ 8 ਹੁੰਦੀ ਹੈ ਕਲਾਸ ਸੋ ਮੈਨੂੰ ਨਾ ਹੁਣ 6 ਵਜੇ 6:15 ਮੈਕਸ ਨਿਕਲਣੇ ਪਿਆ ਕਰੇਗਾ ਇਨ ਆਰਡਰ ਕਿ ਪ੍ਰੋਪਰ ਤਰੀਕੇ ਨਾਲ ਜਾ ਸਕੇ ਜਦੋਂ ਭੁੱਖੇ ਜਾਂਦੇ ਆ ਤਿਆਰ ਹੋ ਕੇ ਨਹੀਂ ਜਾਵਾਂਗੇ ਸਹੀ ਤਰੀਕੇ ਨਾਲ 7:30 ਪਹੁੰਚਾਂਗੇ ਸਪੈਸ਼ਲੀ ਅੱਜ ਫੇਰ ਮਨੀਤ ਕੌਰ ਜੀ ਬਨਾਨਾ ਸ਼ੇਕ ਵੀ ਕਿਹਾ ਮੈਂ ਕਿਹਾ ਯਾਰ ਕਿਤੇ એનર્ਜੀ ਖਰਾਬ ਨਾ ਨਹੀਂ ਸਹੀ ਹੈ ਤੁਹਾਡੇ ਲਈ ਤਾਂ ਬਨਾਨਾ ਸ਼ੇਕ ਵੀ ਵਧੀਆ ਹੈ ਨਹੀਂ ਮੇਰੇ ਲਈ ਤਾਂ ਵਧੀਆ ਹੈ ਪਰ ਕਿਤੇ ਕੰਜ਼ੂਮ ਵੀ ਤਾਂ ਹੋਣੀ ਚਾਹੀਦੀ ਕਿ એનર્ਜੀ ਇੰਨੀ ਦੋਸਤੋ ਘਰ ਦਾ ਰਾਸ਼ਨ ਹੋ ਗਿਆ ਜੀ ਖਤਮ ਫਿਨਾਲ ਆਪਾਂ ਰਾਸ਼ਨ ਲੈਣਾ ਹੈ ਹੋਇਆ ਸੋਹਣੇ ਹੋਈ ਹੈ ਇੱਕ ਬਹੁਤ ਹੀ ਵੱਡੀ ਕਲਾਵਲ ਜਾਂਜੀ ਨੂੰ ਯਾਦ ਨਹੀਂ ਸੀਗਾ ਜਾਂਜੀ ਨੇ ਸਵੇਰੇ ਸਪੈਸ਼ਲੀ ਆਂਟੀ ਨੂੰ ਕਹਿ ਕੇ ਬਣਾਈ ਸੀ ਆਲੂ ਜੀਰਾ ਦੀ ਸਬਜ਼ੀ ਨਾਲ ਪਰੌਂਠੀਆਂ ਹੋਰ ਯਾਰ ਔਰ ਜਾਂਜੀ ਨੇ ਕਿਹਾ ਸੀ ਕਿ ਮੈਂ ਯਾਰ ਮੈਂ ਖਾਣੀ ਹੈ ਰੋਟੀ ਸਬਜ਼ੀ ਔਰ ਜਾਂਜੀ ਨੇ ਆਪਣਾ ਪੇਟ ਭਰ ਲਿਆ ਤੇ ਹੁਣ ਸਾਰਾ ਕੁਝ ਬਣਿਆ ਪਿਆ ਦਹੀਂ ਆਪਾਂ ਲਿਆ ਆ ਪਰ ਜਾਂਜੀ ਨੂੰ ਖਾਣ ਦੀ ਇੱਛਾ ਨਹੀਂ ਪੈਦਾ ਹੋ ਰਹੀ ਪਰ ਹੁਣ ਆਪਾਂ ਵੇਸਟ ਨਹੀਂ ਕਰਨਾ ਤੁਸੀਂ ਇੱਕ ਪਰੌਂਠੀ ਖਾ ਲਿਓ ਜੇ ਹਾਂ ਰਾਤ ਨੂੰ ਦੇਖਾਂਗੇ ਜੇ 9-10 ਵਜੇ ਲੱਗਿਆ ਟਾਈਮ ਕਿਉਂਕਿ ਹਲ ਤਾਂ ਯਾਰ ਸੀਰੀਅਸਲੀ 9 ਤਾਂ ਵੱਜ ਗਏ ਵੈਸੇ ਹਾਂਜੀ ਨਹੀਂ ਲੱਗ ਰਿਹਾ ਇਦਾਂ ਨਹੀਂ ਫੀਲ ਹੋ ਰਿਹਾ ਕਿ ਯਾਰ ਕੁਝ ਖਾਣਾ ਚਾਹੀਦਾ ਐਕਚੁਅਲੀ ਕਾਫੀ ਦੀ ਕੁਆਂਟੀਟੀ ਬਹੁਤ ਸੀ ਅਸੀਂ ਖਾਦਾ ਤਾਂ ਜ਼ਿਆਦਾ ਨਹੀਂ ਕਾਫੀ ਜ਼ਿਆਦਾ ਸੀਗੀ ਬਟ ਉਹਦੇ ਵਿੱਚ ਜ਼ਿਆਦਾ ਹੋ ਗਿਆ ਯੈਸ ਸੋ ਅੱਜ ਮੈਂ ਹੁਣ ਇੱਕ ਵੀਡੀਓ ਵੀ ਦੇਖੀ ਉਹਦੇ ਵਿੱਚ ਦੱਸ ਰਹੇ ਸੀਗੇ ਕਿ ਟਾਈਮਿੰਗ ਦਾ ਕਿੰਨਾ ਫਰਕ ਪੈਂਦਾ ਹਾਂਜੀ ਉਹ ਕਹਿੰਦੇ ਕਿ ਜੇ ਸਵੇਰੇ 4:30 ਤੋਂ 5 ਵਜੇ ਦੇ ਵਿੱਚ ਉਸ ਟਾਈਮ ਤੁਹਾਡਾ ਏਸੀ ਚੱਲ ਰਿਹਾ ਨਾ ਇਹ ਤੇਜ਼ ਫੈਨ ਤਾਂ ਉਸ ਟਾਈਮ ਬਾਡੀ ਵੀਕਨੈਸ ਸਭ ਤੋਂ ਜ਼ਿਆਦਾ ਆਉਂਦੀ ਹੈ ਔਰ ਇਹ ਸੱਚੀ ਚ ਹੁੰਦਾ ਮਾਰਨਿੰਗ ਚ ਵੀ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਤਾਂ ਉਹ ਕਹਿੰਦੇ ਕਿ ਉਸ ਟਾਈਮ ਦਿਨ ਚ ਆਪਣਾ ਮਤਲਬ ਸਵੇਰੇ ਸਵੇਰੇ ਬੰਦ ਕਰ ਦਿਆ ਕਰੋ ਐਂਡ ਇੱਕ ਹੋਰ ਚੀਜ਼ ਜੋ ਡਾਈਟੀਸ਼ੀਅਨ ਨੇ ਦੱਸੀ ਸੀ ਕਿ ਜੇ 7-9 ਦੇ ਵਿੱਚ ਤੁਸੀਂ ਆਪਣੀ ਪਹਿਲੀ ਮੀਲ ਲੈ ਲਓ ਬ੍ਰੇਕਫਾਸਟ ਤਾਂ ਤੁਹਾਨੂੰ ਡਾਈਜੈਸਟ ਬੈਟਰ ਹੁੰਦਾ ਜੋ ਕਿ ਆਈ ਥਿੰਕ ਆਪਾਂ ਲੈ ਵੀ ਲੈਨੇ ਆ ਆਪਾਂ ਨਹੀਂ ਹਾਂ ਮੈਂ ਯਾਰ 9:30 ਹੋ ਜਾਂਦੇ ਮੇਰੇ ਹਨਾ ਸੀ ਤਾਂ ਹੀ ਤੁਹਾਡੇ ਡਾਈਜੈਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਨਾ ਮਨੀਤ ਕੌਰ ਮੇਰਾ ਮੈਟਾਬੋਲਿਜ਼ਮ ਫਾਸਟ ਉਹਨਾਂ ਨੇ ਨਹੀਂ ਕਿਹਾ ਕਿ ਉਦਾਂ ਹੋਏਗਾ ਬਟ ਉਹ ਕਹਿੰਦੇ ਕਿ ਉਹ ਬੈਟਰ ਹੈ ਕਿ 7-9 ਚ ਲੈ ਲਓ ਜੇ ਪਹਿਲੀ ਮੀਲ ਤਾਂ ਉਸ ਟਾਈਮ ਤੁਹਾਡੇ ਬੋਡੀ ਦੇ ਡਾਈਜੈਸਟਿਵ ਜੂਸਸ ਜ਼ਿਆਦਾ ਹੁੰਦੇ ਨੇ ਤੇ ਉਸ ਟਾਈਮ ਮੀਲ ਲਿੱਤੀ ਤਾਂ ਤੁਹਾਡਾ ਡਾਈਜੈਸਟ ਬੈਟਰ ਹੋਏਗਾ ਫਿਰ ਏਸੀ ਬੰਦ ਕਰ ਦਿਆ ਕਰੋ ਠੀਕ ਹੈ ਹੁਣ ਮੈਂ ਮਤਲਬ ਪਹਿਲਾਂ ਜਿਹੜਾ 5:30 ਦਾ ਅਲਾਰਮ ਲਾਉਂਦਾ ਸੀਗਾ ਉਹ ਮੈਂ 4 ਵਜੇ ਦਾ ਲਾ ਲਵਾਂ ਏਸੀ ਬੰਦ ਕਰਨ ਵਾਸਤੇ ਨਹੀਂ ਸਵੇਰੇ ਸਵੇਰੇ ਬੰਦ ਹੀ ਕਰ ਦੂੰਗਾ 1 ਵਜੇ ਤੋਂ ਬਾਅਦ ਜਦੋਂ ਅੱਖ ਖੁੱਲ੍ਹ ਜਾਵੇ ਬੰਦ ਕਰ ਠੀਕ ਹੈ ਗੱਲ ਇਹ ਹੈ ਕਿ ਸਾਡੀ ਨਾ ਏਸੀ ਪਿੱਛੇ ਲੜਾਈ ਚੱਲਦੀ ਹੈ ਜਾਂਜੀ ਲੱਗਦੀ ਗਰਮੀ ਮੈਨੂੰ ਲੱਗਦੀ ਹੈ ਠੰਡ ਜਾਂਜੀ ਕਹਿੰਦੇ ਤੂੰ ਚੱਦਰ ਲੈ ਮੈਂ ਕਹਿੰਦੀ ਤੁਸੀਂ ਏਸੀ ਬੰਦ ਕਰੋ ਤਾਂ ਉਹਦੇ ਚੱਕਰ ਵਿੱਚ ਸਾਡਾ ਆਲਮੋਸਟ ਟਾਈਮ ਨਿਕਲ ਜਾਂਦਾ ਹੈ ਔਰ ਹਮੇਸ਼ਾ ਏਸੀ ਚੱਲਦਾ ਰਹਿੰਦਾ ਐਟ ਦ ਐਂਡ ਮਨੀਤ ਕੌਰ ਜੀ ਚਾਦਰ ਵੀ ਲੈ ਲੈਂਦੇ ਨੇ ਤਾਂ ਮੈਂ ਏਸੀ ਵੀ ਚਲਾ ਲੈਂਦਾ ਤੇ ਮੈਂ ਏਸੀ ਬੰਦ ਕਰ ਦਿੰਦਾ ਅਸੀਂ ਬੜੀ ਬਹੁਤ ਅੰਡਰਸਟੈਂਡਿੰਗ ਨਾਲ ਚੱਲਦੇ ਆ ਅਸੀਂ ਕੈਸੀ ਦੋਨੇ ਇੱਕ ਦੂਜੇ ਦੀ ਗੱਲ ਮੰਨ ਲੈਂਦੇ ਦੋਨਾਂ ਨੇ ਇੱਕ ਦੂਜੇ ਦੀ ਗੱਲ ਮੰਨ ਲਈ ਮਨੀਤ ਕੌਰ ਜੀ ਚਾਦਰ ਲੈ ਲੈ ਤਾਂ ਆਪਾਂ ਏਸੀ ਚਲਾ ਲਿਆ ਬਟ ਇਹ ਦੇਖ ਲਓ ਫਰਕ ਪੈਂਦਾ ਜਿੱਦੇ ਰੁਟੀਨ ਚੇਂਜ ਹੋਇਆ ਹੁਣ 2-3 ਦਿਨ ਸਟ੍ਰੈਸਫੁਲ ਚੱਲ ਰਹੇ ਸੀ ਤੇ ਜਦੋਂ 3-4 ਦਿਨ ਪਹਿਲੇ ਸੁਣ ਲਿਆ ਮੈਂ ਕਿਹਾ ਯਾਰ ਮੇਰਾ ਮੂੰਹ ਸਾਫ਼ ਹੋ ਗਿਆ ਬਿਲਕੁਲ ਆਹ ਦੇਖੋ ਪਹਿਲਾਂ ਇੱਥੋਂ ਸ਼ੁਰੂ ਹੋਇਆ ਫਿਰ ਇੱਥੇ ਹੋਇਆ ਫਿਰ ਇੱਥੇ ਹੋਇਆ ਅੱਜ ਤਾਂ ਬਸ ਹੀ ਹੋ ਗਈ ਬਈ ਮੈਂ ਕਿਹਾ ਮੈਂ ਹੁਣ ਪਾਣੀ ਪੀਵਾਂਗੀ ਮਤਲਬ ਤੁਸੀਂ ਬਾਡੀ ਨਾਲ ਥੋੜੀ ਜਿਹੀ ਖਿਲਵਾੜ ਕਰੋ ਬਸ ਤੁਹਾਨੂੰ ਨਾਲ ਨਾਲ ਰਿਜ਼ਲਟ ਬਾਡੀ ਤੁਹਾਨੂੰ ਸਾਰੀ ਖਿਲਵਾੜ ਕਰਕੇ ਦੱਸ ਦਿੰਦੀ ਹੈ ਕਿ ਮੈਂ ਦੱਸਦੀ ਹਾਂ ਰੁਕੇ ਤਰਾ ਬੜੇ ਕਣ ਰਿਜ਼ਲਟ ਨਾਲ ਹੀ ਮਿਲ ਜਾਂਦੇ ਨੇ ਕਿ ਕੀ ਹੈ ਕੀ ਨਹੀਂ ਪਰ ਜੇ ਤੁਸੀਂ ਇਹ ਅੱਛੀ ਪ੍ਰੈਕਟਿਸ ਕਰਨਾ ਸ਼ੁਰੂ ਕਰੋ ਨਾ ਜੇ ਹੁਣ ਮੈਂ ਨੇ ਦਿਨਾਂ ਤੋਂ ਕੁਝ ਖਾ ਨਹੀਂ ਰਹੀ ਮੈਂ ਪ੍ਰੇਜ ਰੱਖੇ ਸਾਰਾ ਕੁਝ ਨਹੀਂ ਹੋਏਗਾ ਉਹ ਜੇ ਗੜਬੜ ਖਾ ਲੂੰਗੀ ਉਹ ਫਟਾਫਟ ਹੋ ਜਾਏਗਾ ਕਿਉਂਕਿ ਅੱਛੇ ਕੰਮ ਦੇ ਰਿਜ਼ਲਟ ਸਾਨੂੰ ਟਾਈਮ ਲੱਗਦਾ ਤੈਨੂੰ ਮੈਂ ਚ ਕੰਮ ਦੀ ਗੱਲ ਦੱਸਦਾ ਮਨੀਤ ਕੌਰ ਜੀ ਹੋਇਆ ਕੀ ਮੈਂ ਅੱਜ ਕਿਸੇ ਕਲਾਇੰਟ ਦੇ ਘਰ ਗਿਆ ਹੋਇਆ ਕੀ ਹੋਇਆ ਦੋਸਤੋ ਮਿੱਤਰੋ ਸਾਥੀਓ ਉਹ ਤੂੰ ਮੈਨੂੰ ਦੱਸ ਰਹੀ ਸੀ ਗੱਲ ਹਾਂ ਉਹ ਮੁੰਡਾ ਮਨੀਤ ਪ੍ਰੋਪਰ ਐਨ ਜਿਮ ਲਾਉਣ ਵਾਲਾ ਫਿਟਨੈਸ ਐਨ ਜ਼ਬਰਦਸਤ ਮੁੰਡੇ ਦੀ ਮਤਲਬ ਬਾਹਰ ਦਾ ਨਹੀਂ ਸੀ ਗਲਤ ਖਾਂਦਾ ਹੁਣ ਕੀ ਹੋਇਆ ਮੈਂ ਜਦੋਂ ਆਂਟੀ ਦੱਸ ਰਹੀ ਸੀ ਨਾ ਕਹਾਣੀ ਤਾਂ ਮੈਨੂੰ ਲੱਗ ਰਿਹਾ ਸੀਗਾ ਯਾਰ ਵਾਕਈ ਮਤਲਬ ਕਿਸ ਟਾਈਮ ਨਾਲ ਜੂੰਜੇ ਹੋਣੇ ਆ ਉਹ ਮੁੰਡਾ 23 ਸਾਲ ਦਾ 6.5 ਫੁੱਟ ਹਾਈਟ ਜੀ ਮੁੰਡੇ ਦੀ ਹੈ ਹੋਇਆ ਕਿ ਉਹਦੀ ਬਾਡੀ ਅੰਦਰੋਂ ਇੰਨੀ ਜ਼ਿਆਦਾ ਸਟਰੋਂਗ ਕਿ ਉਹਨੇ ਕੁਛ ਗਲਤ ਖਾ ਲਿਆ ਬਾਹਰ ਲੇਕਿਨ ਅਸਰ ਨਹੀਂ ਹੋਇਆ ਬਾਡੀ ਉਹ ਸਿੰਪਟਮਸ ਨਾਲ ਲੜ ਰਹੀ ਹੈ
दस दिन हो गए, 15 दिन हो गए, लड़ रही है रिकवर नहीं कर रही क्योंकि बॉडी का सिस्टम इन्ना जबरदस्त है कि वह उस जो अंदर जो जहर फैलिया ना वह लड़ रही है। वो जहर गया तो है नहीं कितने लेकिन उन्हें असर भी नहीं किया मनोवीत, वह उ रह गया बिच, वह बिच रह गया। तो यह डॉक्टर ने दसी एग्जैक्ट मूवी नहीं दसने तेन, वह डॉक्टर कहता कि वह जो गुच्छा बनया ब्लास्ट हो गया, बॉडी ने बॉडी नहीं फाइट नहीं कर पाई, महीने दो महीने तीन महीने सिमटम्स है नहीं, 3 महीने बाद ब्लास्ट हो गया, सारे ब्लड में जहर फैल गया। तू मनेगी मनवी तो बाहर खान करके सिर्फ वो मुंडा ICU दे विच 4 दिन रहा है। डॉक्टर्स ने एक बार तो इदा कहता सीगा कि मना करता भी है ना भी पॉसीबिलिटी नहीं, बहुत जहर फैल, टीबी टूबी सब कुछ सारिया बीमारियां दसदियाँ। तो वह आंटी दस रहे थे कि उस टाइम के उत्ते जिनी उस मुंडे के आले दुआले अरदास हुई है कि मैं गुरु घर जाती रही जां मैं पाठ सुनिया, तो हर धर्म के लोग उन्होंने जानते थे, हर धर्म के लोगों ने अपने अकॉर्डिंगली पाठ किया। तो अज वो मुंडा मतलब उस टाइम तो निकल आया तो इस टाइम घरे आ, मतलब रिकवरी चल रही है, हले भी पैरों पर नहीं खड़ा हो रहा, इमेजिन हले भी पैरों पर नहीं खड़ा हो रहा, 6.5 फुट का गभरू जवान मुंडा पूरा, जस्ट बिकॉज ऑफ उन्हें बॉडी वो दस उन्होंने प्रॉपर कि वह एकदम अंदर गया ना, इन्ना क्लीन खा रहा है, एकदम अंदर गया तो पता नहीं कलर देखो जी, ये है ठीक है ना। सो ये है जी, अगर तुसी ऑयल बटर लाना होंदा ना वो चीज वास्ते लाइक मैं घर वास्ते मंगा ले, कदर मंगा ले ठीक है, टू आइटम्स एंड अनदर वन इज देयर। जी मैं लेके आया, लेके आया पेन हैगा तेरा? नहीं, बस ठीक है, लग रहा है कि मैं भूल गई ना, मैं भूल गई। बेसिकली मेरे को 1000 रुपये का Amazon का वाउचर सी, असी यूटिलाइज कर लिया, असी 1000 रुपये से ज्यादा खर्च लिया। कोई गल नहीं, ओ वाओ मनीष कर, इट्स टू बोबो, हाँ है ना, चल एक बार निकल, वन प्लस वन हो गया, हाँ ना, हाँ सही है, डन, वन प्लस वन हो गया, ठीक होना दे दूँगी जी ऐसा। सो बेसिकली ये है वॉलनट ऑयल देव आयुर्वेदा 30 ml। सो इहदा काम इही है जी कि इह जो थोड़ा थ्रॉट है फिंगर टिप्स ते लाना है, मसाज इनटू क्लींस द ड्राई स्किन, हां सो इहदे नाल इफेक्ट होएगा, आने वाले टाइम दे विच पता लगेगा, हाले तां कुछ नहीं पता है। मतलब बेसिकली जो मेरी आवाज में चेंज हो रही था आपा उधर से पढ़या सीगा कि इहदे नाल सही हो सकता। एंड मनीष गौ जी, वेयर इज योर शूज? मेरी शूज आ रहे उधर करो, आईने पास जिम जाना सी, जिम वास्ते दिस इज द शूज, मीत कौर जी दे कैंट वाले शूज ये रहे। नहीं जी ये भी है, एक ही है, सीजर चेंज होगी, एक ही है, जोर लाओ ओपन एप्लीकेशन, लेट मी डू ये बंदा ऐसा थोड़ा वो है मेरे मित्र कौर जी, इतना स्ट्रगल है यार थोड़े पार्सल फॉर्म में, बोलता मैं टैरिस है की है सूट वाली पे लग रहा है कुछ तो ना, चुन्नी है नहीं सूट है वो कपड़ा है, अच्छा वो कपड़ा है, लो जी मजे मजे हुए पे मनीत कौर नु, अच्छा लग रहा है प्रिंट है ना, नाइस है ये भी कलर, अच्छा
ਰੱਬ ਜੀ ਦਾ ਨਾਮ ਤੇ ਆਂਦਾ ਤੇ ਜੇ ਕੋਈ ਓਹਦੀ ਨਿੰਦਾ ਕਰਦਾ ਜੇ ਕੋਈ ਓਹਦੀ ਨਿੰਦਾ ਕਰਦਾ ਤਾਂ ਵੀ ਉਹ ਆਪਣੇ ਸੁਭਾਅ ਨੂੰ ਨਹੀਂ ਛੱਡਦਾ ਤੇ ਉਹ ਉਸ ਚੀਜ਼ ਤੇ ਗੁੱਸਾ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਇਹ ਰੱਬ ਜੀ ਹੈ ਜੋ ਦੂਜੇ ਬੰਦਿਆਂ ਤੋਂ ਵੀ ਇਹ ਕੰਮ ਕਰਾ ਰਹੇ ਨੇ ਕਿਉਂਕਿ ਉਹਨਾਂ ਵਿੱਚ ਵੀ ਰੱਬ ਹੀ ਵਸਦਾ ਓਕੇ ਰੱਬ ਜੀ ਹੀ ਉਹਨਾਂ ਨੂੰ ਸੁਮਤ ਬਖਸ਼ ਰਹੇ ਨੇ ਤੇ ਰੱਬ ਜੀ ਹੀ ਮੈਨੂੰ ਸੁਮਤ ਬਖਸ਼ ਰਹੇ ਨੇ ਸੋ ਉਹ ਇਹ ਝਮੇਲਿਆਂ ਚ ਨਾ ਪੈ ਕੇ ਆਪਣੇ ਰੂਟੀਨ ਵਰਕ ਚ ਰੱਬ ਜੀ ਨੂੰ ਉਦਾਂ ਹੀ ਧਿਆਨ ਰੱਖਣਾ ਰੱਬ ਜੀ ਨੇ ਜੇ ਨਿੰਦਿਆ ਕਰਵਾ ਵੀ ਰਹੇ ਨੇ ਤਾਂ ਇਹ ਉਹੀ ਕਰਵਾ ਰਹੇ ਨੇ ਨਾ ਜੇ ਆਪਾਂ ਕਹਿੰਦੇ ਹਾਂ ਕਿ ਪੱਤਾ ਵੀ ਨਹੀਂ ਹਿਲਦਾ ਤਾਂ ਫੇਰ ਜੇ ਪੱਤਾ ਨਹੀਂ ਹਿਲਦਾ ਤਾਂ ਬੰਦਾ ਕਿਵੇਂ ਹਿਲ ਜਾਏਗਾ ਮਤਲਬ ਜਿਹੜੇ ਉਹਦੇ ਉਸ ਬੰਦੇ ਦੇ ਕਰਮ ਨੇ ਉਹ ਉਹਦੇ ਤੋਂ ਨਿੰਦਿਆ ਕਰਵਾ ਰਹੇ ਨੇ ਇਦਾਂ ਹੀ ਆ ਨਾ ਮਤਲਬ ਗੱਲ ਇਹ ਹੈ ਕਿ ਅਗਰ ਤਾਂ ਆਪਾਂ ਸੱਚੀ ਰੱਬ ਜੀ ਨਾਲ ਜੁੜੇ ਹੋਏ ਆ ਤਾਂ ਸਾਨੂੰ ਫਿਰ ਅਫੈਕਟ ਨਹੀਂ ਕਰਨਾ ਚਾਹੀਦਾ ਤੇ ਜੇ ਸਾਨੂੰ ਅਫੈਕਟ ਕਰ ਰਿਹਾ ਫਿਰ ਸਾਨੂੰ ਆਪਣੇ ਆਪ ਨੂੰ ਇੱਕ ਵਾਰ ਦੇਖਣਾ ਚਾਹੀਦਾ ਤਾਂ ਜੋ ਮੈਨੂੰ ਨਿੰਦੇ ਤੋਂ ਅਫੈਕਟ ਕਰ ਰਿਹਾ ਸੀਗਾ ਫਿਰ ਮੈਂ ਸੋਚਿਆ ਕਿ ਗੱਲ ਸਹੀ ਹੈ ਕਿ ਕਮੀ ਖੁਦ ਹੀ ਹੁੰਦੀ ਹੈ ਤਾਂ ਇਸ ਤੋਂ ਪਹਿਲਾਂ ਕਿ ਆਪਾਂ ਸੋਚੀਏ ਕਿ ਇੱਦਾਂ ਕਿਉਂ ਇੱਦਾਂ ਕਿਉਂ ਇੱਦਾਂ ਕਿਉਂ ਕਿਉਂ ਨਾ ਖੁਦ ਦੇਖ ਲਈਏ ਬਈ ਕਿ ਸਾਨੂੰ ਅਫੈਕਟ ਕਰ ਰਿਹਾ ਤਾਂ ਸਾਡੇ 'ਚ ਕਮੀ ਹੈ ਕਿਉਂਕਿ ਅਫੈਕਟ ਕਰਨਾ ਨਹੀਂ ਚਾਹੀਦਾ ਸਹੀ ਗੱਲ ਤੇ ਜਿਵੇਂ ਦਾ ਸੁਭਾਅ ਹੈ ਤੁਹਾਡਾ ਉਵੇਂ ਦਾ ਹੀ ਰੱਖਣਾ ਚਾਹੀਦਾ ਨੋ ਮੈਟਰ ਕੀ ਚੱਲ ਰਿਹਾ ਹੈ ਆਊਟਸਾਈਡ ਵਰਲਡ 'ਚ ਮਤਲਬ ਆਪਣਾ ਗੁਣ ਨਹੀਂ ਗਵਾਉਣਾ ਚਾਹੀਦਾ ਲੋਕਾਂ ਦੀ ਨਿੰਦਿਆ ਕਰਕੇ ਤੇ ਰੱਬ ਜੀ ਤੇ ਭਰੋਸਾ ਨਹੀਂ ਡੋਲਣਾ ਚਾਹੀਦਾ ਜੇ ਉਹ ਨਹੀਂ ਡੋਲੇਗਾ ਤਾਂ ਰੱਬ ਜੀ ਫਿਰ ਸਾਂਭੀ ਰੱਖਣਗੇ